ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਗੱਡੀ ਸੁੱਟ ਲਈ। ਇੱਕ ਬੰਦਾ ਤਾਂ ਗੱਡੀ ਚਲਾਉਣ ਲੱਗ ਗਿਆ ਜੀ, ਅਤੇ ਦੂਜਾ ਬੰਦਾ ਗੱਡੀ ਦੇ ਨਾਲ ਮੇਰੇ ਖਿੱਚ ਗਲੇ 'ਚ ਲੈ ਕੇ ਬਹਿ ਗਿਆ ਜੀ, ਕਹਿੰਦਾ ਗਲਾ ਕੱਢ ਦੂ ਤੇਰਾ। ਉਹਨਾਂ ਨੇ ਮੇਰੇ ਥੱਪੜ ਮਾਰੀ ਜੀ, ਉਹ ਮੈਨੂੰ ਘੰਟੇ ਘੰਟੇ ਨਾਲ ਗੱਡੀ 'ਚ ਲਾ ਲੈਂਦਾ ਸੀ, ਕਦੇ ਨਹਿਰ 'ਤੇ ਲੈ ਜਾਂਦੇ ਸੀ, ਕਦੇ ਮੈਨੂੰ ਹੋਕੀ ਦਿਖਾਉਂਦੇ ਸੀ, ਕਦੇ ਮੈਨੂੰ ਕਾਂਬਾ ਦਿਖਾਉਂਦੇ ਸੀ, ਕਦੇ ਮੈਨੂੰ ਡੰਡੇ ਦਿਖਾਉਂਦੇ ਸੀ। ਕਿਸ ਤਰ੍ਹਾਂ ਤੁਹਾਨੂੰ ਕਿਡਨੈਪ ਕੀਤਾ ਗਿਆ? ਕਹਿੰਦੇ ਕਿ 40 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਵਜ੍ਹਾ ਰੰਜਿਸ਼ ਕੀ ਤੁਹਾਡੀ ਉਹਨਾਂ ਨਾਲ? ਸਰ ਵਜ੍ਹਾ ਰੰਜਿਸ਼ ਕੋਈ ਨਹੀਂ ਸੀ, ਮੈਨੂੰ ਬੰਦੇ ਜਾਣਦੇ ਵੀ ਨਹੀਂ ਸੀ, ਇਹਨਾਂ ਨੇ ਮੈਨੂੰ ਕਿਡਨੈਪ ਕੀਤਾ ਜੀ। ਮੈਂ ਤਾਂ ਸਵੇ 1 ਵਜੇ ਘਰੋਂ ਨਿਕਲਦੇ ਆਪਦੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦਾ, ਬਾਜ਼ਾਰ ਤੁਰਿਆ ਫਿਰਦਾ ਸੀਗਾ ਜੀ, ਅਤੇ ਜਦੋਂ ਮੈਂ ਰਿਲਾਇੰਸ ਫਰੈਸ਼ ਵਾਲੀ ਰੋਡ 'ਤੇ ਹੋਇਆ ਜੀ, ਅਤੇ ਉਹਨਾਂ ਨੇ ਮੇਰੇ ਕੋਲ ਅੱਗੇ ਜਾ ਕੇ ਜੁਝਾਰ ਸਿੰਘ ਨਗਰ ਨੁੱਕਰ ਦੇ ਜੀ, ਉਹਨਾਂ ਨੇ ਮੇਰੇ ਗੱਡੀ ਲਾ ਲਈ। ਗੱਡੀ ਲਾ ਕੇ 2 ਬੰਦੇ ਸੀਗੇ ਜੀ, ਇੱਕ ਬੰਦੇ ਨੇ ਕਿਰਚ ਕੱਢੀ ਜੀ, ਦੂਜਾ ਬੰਦਾ ਵੈਸੇ ਉਤਰਿਆ, ਉਹ ਕਹਿੰਦਾ ਗੱਡੀ 'ਚ ਬੈਠ ਨਹੀਂ, ਮੈਂ ਕਿਰਚ ਮਾਰੂੰਗਾ ਜੀ, ਅਤੇ ਮੈਂ ਕਿਹਾ ਜੀ ਮੈਂ ਹਬੜਾ ਤਬੜੀ ਕਰਨ ਲੱਗਿਆ ਜੀ, ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਗੱਡੀ ਸੁੱਟ ਲਿਆ ਜੀ। ਇੱਕ ਬੰਦਾ ਤਾਂ ਗੱਡੀ ਚਲਾਉਣ ਲੱਗ ਗਿਆ ਜੀ, ਅਤੇ ਦੂਜਾ ਬੰਦਾ ਗੱਡੀ ਦੇ ਨਾਲ ਮੇਰੇ ਕਿਰਚ ਗਲੇ 'ਚ ਲੈ ਕੇ ਬਹਿ ਗਿਆ ਜੀ, ਕਹਿੰਦਾ ਗਲਾ ਕੱਢ ਦੂੰ ਤੇਰਾ, ਅਤੇ ਮੈਂ ਘਬਰਾ ਗਿਆ ਜੀ, ਮੈਂ ਬੋਲਿਆ ਨਹੀਂ ਕੁਛ, ਅਤੇ ਫਿਰ ਮੈਨੂੰ ਉਹ ਪੁੱਛੋ ਰੋਡ 'ਤੇ ਲੈ ਗਏ ਜੀ। ਪੁੱਛੋ ਰੋਡ ਤੋਂ ਬਾਅਦ ਕਹਿੰਦੇ ਜੀ, ਕਹਿੰਦੇ ਆਪਾਂ ਕਰਦੇ ਹਾਂ ਗੱਲਬਾਤ, ਅਤੇ ਕਹਿੰਦੇ ਇਹਦੇ ਮੂੰਹ 'ਤੇ ਪਹਿਲਾਂ ਉਹ ਪਾਓ ਜੀ, ਕਹਿੰਦਾ ਪਰਦਾ ਪਾਓ, ਕਹਿੰਦਾ ਇਹਦੇ ਕਾਲਾ ਕੱਪੜਾ ਪਾਓ। ਉਹਨਾਂ ਨੇ ਮੇਰੇ ਕਾਲਾ ਕੱਪੜਾ ਪਾਤਾ ਜੀ, ਅਤੇ ਹੱਥ ਮੇਰੇ ਬੰਨ੍ਹਤੇ, ਠੀਕ ਹੈ ਜੀ। ਫਿਰ ਮੇਰੇ ਉਹਨਾਂ ਨੇ ਫੋਨ ਫੜ ਲਏ, ਸਾਰੇ ਫੋਨ ਉਹਨਾਂ ਨੇ ਮੇਰੇ ਬੰਦ ਕਰਤੇ ਜੀ, ਅਤੇ ਬੰਦ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਘੁਮਾਈ ਫਿਰ ਗਏ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿੱਥੇ ਮੈਨੂੰ ਘੁਮਾਇਆ ਜੀ, ਕਿੱਥੇ ਲੈ ਕੇ ਗਏ। ਫਿਰ ਉਹ ਮੈਨੂੰ ਜੀ ਮੇਰੇ ਪਰਿਵਾਰ ਨਾਲ, ਉਹਨਾਂ ਨੇ ਮੇਰੇ ਬ੍ਰਦਰ ਨੂੰ ਫੋਨ ਕੀਤਾ 6 ਵਜੇ ਜੀ, ਕਿ ਤੂੰ ਕਹਿੰਦਾ ਉਹਨਾਂ ਨੂੰ ਕਹਿ ਕਿ 40 ਲੱਖ ਰੁਪਏ ਦੇ, 30-40 ਲੱਖ ਰੁਪਏ ਦੇ, ਨਹੀਂ ਇਸ ਨੂੰ ਮਾਰ ਦਾਂਗੇ ਅੱਜ। ਅਤੇ ਮੈਂ ਕਿਹਾ ਤੁਸੀਂ ਮੇਰੇ ਬ੍ਰਦਰ ਨਾਲ ਗੱਲ ਕਰ ਲਓ, ਅਤੇ ਮੈਨੂੰ ਕਹਿੰਦਾ ਤੂੰ ਕਹਿ ਕਿ ਆਪਦੇ ਬ੍ਰਦਰ ਨੂੰ ਕਿ ਮੈਨੂੰ 40 ਲੱਖ ਰੁਪਏ ਕੋਈ ਐਮਰਜੈਂਸੀ ਰੋਡ ਪੈ ਗਈ, ਤੂੰ ਮੈਨੂੰ ਅਰੇਂਜ ਕਰਕੇ ਦੇ, ਨਹੀਂ ਮੈਂ ਘਰ ਨਹੀਂ ਮੁੜਦਾ। ਅਤੇ ਮੈਨੂੰ ਇਹ ਗੱਲ ਨਹੀਂ ਕਹੀ ਜੀ, ਅਤੇ ਇਹਨਾਂ ਨੇ ਇਹਨੇ ਗੱਲ ਕਹੀ, ਉਹਨੇ ਫੋਨ ਫਿਰ ਬੰਦ ਕਰਤਾ ਜੀ। ਇਹਨੇ 7 ਵਜੇ ਫਿਰ ਫੋਨ ਲਾਇਆ ਮੇਰੇ ਬ੍ਰਦਰ ਨੂੰ, ਅਤੇ ਇਹਨੇ ਫੋਨ ਚੱਕਿਆ ਨਹੀਂ, ਫਿਰ ਦੂਜੀ ਵਾਰੀ ਕਾਲ ਕੀਤਾ, ਕਹਿੰਦਾ ਆਪ ਕਹਿੰਦਾ ਐਸੇ ਨਹੀਂ ਮੰਨੋਗੇ, ਕਹਿੰਦਾ ਆਪ ਕੀ ਨਾ ਟਾਂਗੇ ਤੋੜਨੀ ਪੜੇਗੀ, ਅਤੇ ਐਸੇ ਕਰਨਾ ਪੜੇਗਾ। ਉਹਨਾਂ ਨੇ ਮੈਨੂੰ ਮੈਂਟਲੀ ਟੋਰਚਰ ਕੀਤਾ ਜੀ। ਥ੍ਰੈਟ ਕਿੰਨਾ ਕੀਤਾ ਤੁਹਾਨੂੰ? ਕੋਈ ਨਸ਼ਾ ਵਗੈਰਾ ਤਾਂ ਨਹੀਂ ਦਿੱਤਾ? ਕੁੱਟਮਾਰ ਕੀਤੀ? ਕਿੰਨਾ ਮਾਨਸਿਕ ਪਰੇਸ਼ਾਨ ਕਿੰਨਾ ਕੀਤਾ? ਉਹਨਾਂ ਨੇ ਮੈਨੂੰ ਮਾਨਸਿਕ ਪਰੇਸ਼ਾਨ ਬਹੁਤ ਕੀਤਾ ਜੀ, ਨਸ਼ਾ ਮੈਨੂੰ ਕੋਈ ਨਹੀਂ ਦਿੱਤਾ ਉਹਨਾਂ ਨੇ, ਉਹਨਾਂ ਨੇ ਮੇਰੇ ਥੱਪੜ ਮਾਰੇ ਜੀ। ਉਹ ਮੈਨੂੰ ਘੰਟੇ ਘੰਟੇ ਵਾਲੇ ਗੱਡੀ 'ਚੋਂ ਲਾ ਲੈਂਦੇ ਸੀ, ਕਦੇ ਨਹਿਰ 'ਤੇ ਲੈ ਜਾਂਦੇ ਸੀ, ਕਦੇ ਮੈਨੂੰ ਹੋਕੀ ਦਿਖਾਉਂਦੇ ਸੀ, ਕਦੇ ਮੈਨੂੰ ਕਾਪਾ ਦਿਖਾਉਂਦੇ ਸੀ, ਕਦੇ ਮੈਨੂੰ ਡੰਡੇ ਦਿਖਾਉਂਦੇ ਸੀ, ਕਦੇ ਪਿਸਟਲ ਦਿਖਾਉਂਦੇ ਸੀ, ਕਦੇ ਚਾਕੂ ਦਿਖਾਉਂਦੇ ਸੀ, ਕਦੇ ਉਂਗਲ ਕੱਟਦੇ ਜੀ, ਐਸਾ ਕਰੇਂਗੇ ਕਿ ਆਪਦੇ ਪਰਿਵਾਰ ਤੋਂ ਪੈਸੇ ਦਵਾ। ਫਿਰ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਫੋਨ ਕੀਤਾ ਜੀ ਰਾਤ ਨੂੰ 10:30 ਕਿ ਪੈਸੇ ਦੇਣੇ ਕਿ ਕਿਵੇਂ ਕਰਨੇ। ਪਹਿਲਾਂ ਫੋਨ ਕਿਹਨੂੰ ਕੀਤਾ? ਜਦੋਂ ਪਹਿਲਾਂ ਗੱਲ ਹੁੰਦੀ ਹੈ ਘਰੇ, ਪਤਾ ਲੱਗਦਾ ਕਿ ਤੁਹਾਨੂੰ ਕਿਡਨੈਪ ਕਰ ਲਿਆ, ਪਹਿਲੀ ਕਾਲ ਕਿਹਨੂੰ ਕਰ? ਪਹਿਲੇ ਕਾਲ ਉਹਨਾਂ ਨੇ ਮੇਰੇ ਬ੍ਰਦਰ ਨੂੰ ਕੀਤੀ ਨਾਲ ਬੈਠੇ ਤੁਹਾਡੇ। ਹਾਂਜੀ, ਕੀ ਗੱਲ ਕੀ ਹੋਈ ਹੈ ਤੁਹਾਨੂੰ? ਪਹਿਲੀ ਕਾਲ ਆਉਂਦੀ ਹੈ, ਸੁਣ ਕੇ ਯਕੀਨ ਹੋਇਆ, ਕੀ ਲੱਗਿਆ ਤੁਹਾਨੂੰ? ਫਸਟ ਰਿਐਕਸ਼ਨ ਕੀ ਤੁਹਾਡਾ? ਸਰ ਜਦੋਂ ਮੈਂ ਕਾਫੀ ਟਾਈਮ ਤੋਂ ਕਾਲ ਟਰਾਈ ਕਰ ਰਿਹਾ ਸੀ, ਫੋਨ ਬੰਦ ਆ ਰਿਹਾ ਸੀਗਾ, 6 ਵਜੇ ਮੈਨੂੰ ਵਟਸਐਪ ਕਾਲ ਆਉਂਦੀ ਹੈ ਇਹਨਾਂ ਦੀ, ਅਤੇ ਮੈਂ ਗੱਲ ਕੀਤੀ, ਮੈਂ ਕਿਹਾ ਕਿੱਥੇ ਹੈ, ਫੋਨ ਬੰਦ ਪਿਆ ਇੰਨੇ ਟਾਈਮ ਦਾ, ਅਤੇ ਸਾਰੇ ਘਰ ਦੇ ਪਰੇਸ਼ਾਨ ਹੈ, ਕਿਵੇਂ ਮਤਲਬ ਕਿੱਥੇ ਹੈ? ਕਹਿੰਦਾ ਮੈਨੂੰ ਕਹਿੰਦਾ 30 ਲੱਖ ਰੁਪਏ ਦਾ ਇੰਤਜ਼ਾਮ ਕਰੋ ਜੇ ਮੈਨੂੰ ਛੁਡਾਉਣਾ, ਨਹੀਂ ਤਾਂ ਇਹਨੇ ਮੈਨੂੰ ਕਿਹਾ। ਮੈਂ ਕਿਹਾ ਇਹੋ ਜਿਹੀ ਕੀ ਗੱਲ ਹੋ ਗਈ 30 ਲੱਖ ਵਾਲੀ? ਅਤੇ ਮਤਲਬ ਕਹਿੰਦਾ ਮੈਨੂੰ ਬਸ ਜੇ ਮੈਨੂੰ ਬਚਾਉਣਾ ਤਾਂ 30 ਲੱਖ ਦਾ ਇੰਤਜ਼ਾਮ ਕਰੋ, ਪਰਿਵਾਰ ਨਾਲ ਸਾਰਿਆਂ ਨਾਲ ਮਤਲਬ ਦੱਸ ਦੇ ਇਹ ਗੱਲ। ਡਰਿਆ ਕਿੰਨਾ ਹੋਇਆ ਸੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ? ਰੋ ਰਿਹਾ ਸੀ, ਸਹਿਮਿਆ ਕਿੰਨਾ ਹੋਇਆ ਸੀ, ਤੁਹਾਨੂੰ ਕੀ ਲੱਗ ਰਿਹਾ ਸੀਗਾ? ਸਰ ਬਹੁਤ ਜ਼ਿਆਦਾ ਸਹਿਮਿਆ ਪਿਆ ਸੀ ਜਦੋਂ ਇਹਨੇ ਕਿਹਾ 30 ਲੱਖ ਦਾ ਇੰਤਜ਼ਾਮ ਕਰੋ। ਮੈਂ ਕਿਹਾ ਕੌਣ ਬੰਦੇ ਹੈ, ਕੀ ਗੱਲ ਹੈ, ਮਤਲਬ ਜੇ ਆਪਣੀ ਕੋਈ ਪੁਰਾਣੀ ਖੁੰਦਕ ਹੈ, ਕੌਣ ਬੰਦੇ ਆ, ਮੇਰੀ ਗੱਲ ਕਰਾ ਇਹਨਾਂ ਨਾਲ। ਅਤੇ ਜਦੋਂ ਮੈਂ ਗੱਲ ਕੀਤੀ, ਉਹ ਹਰਿਆਣਵੀ ਭਾਸ਼ਾ ਦੇ ਵਿੱਚ ਬੋਲਦੇ ਸੀਗੇ, ਅਤੇ ਮੈਂ ਕਿਹਾ ਕੌਣ ਹੋ?
ਅਰੇ ਕਹਿ ਰਿਹਾ ਜਿਤਨਾ ਮੈਂ ਤੇਰੇ ਕੋਲ ਬੋਲ ਰਿਹਾ ਉਹਨੂੰ ਉਤਨਾ ਕਰ, 30 ਲੱਖ ਅਗਰ ਬਾਈ ਚਾਹੀਏ ਤਾਂ 30 ਲੱਖ ਆ। ਮੈਂ ਕਿਹਾ ਚੱਲ ਮੈਂ ਕਰਦਾ ਗੱਲ। ਫਿਰ ਮੈਂ ਦੋਸਤਾਂ ਨੂੰ ਆਸੇ ਪਾਸੇ ਕਿਹਾ ਜੀ, ਮੈਂ ਕਿਹਾ ਆਪਾਂ ਨੂੰ ਪੁਲਿਸ ਕੋਲ ਜਾਣਾ ਚਾਹੀਦਾ, ਇਹ ਮਤਲਬ ਕਾਲ ਸੀਰੀਅਸ ਲੱਗ ਰਹੀ ਆ। ਜਦੋਂ ਮੈਂ ਫੋਨ ਇੰਨਾ ਕਹਿ ਕੇ ਮੈਨੂੰ ਕੱਟਤਾ, ਕਹਿੰਦੇ ਫਿਰ ਮੈਂ ਦੁਬਾਰਾ ਟਰਾਈ ਕਰੀ ਗਿਆ ਫੋਨ ਜੀ, ਫੋਨ ਬੰਦ ਜਾ ਰਿਹਾ ਸੀਗਾ। ਫਿਰ 7:30, ਫਿਰ ਮੈਨੂੰ ਐਗਜੈਕਟ ਟਾਈਮ ਨਹੀਂ ਪਤਾ, ਪਰ 7:30 ਫਿਰ ਕਾਲ ਆਈ, ਕਹਿੰਦਾ ਕੀ ਪੈਸਿਆਂ ਦਾ ਕੀ ਬਣਿਆ। ਉਦੋਂ ਡਿਪਟੀ ਸਾਹਿਬ ਕੋਲ ਸਾਰੇ ਬੈਠੇ ਸੀਗੇ ਅਤੇ ਉਹਨਾਂ ਦੇ ਸਾਹਮਣੇ ਹੀ ਸਾਰੀ ਗੱਲਬਾਤ ਹੋਈ। ਪੁਲਿਸ ਦਾ ਕੀ ਰੋਲ ਰਿਹਾ? ਆਮ ਤੌਰ 'ਤੇ ਪੁਲਿਸ ਦਾ ਰੋਲ ਨੈਗੇਟਿਵ ਰਹਿੰਦਾ ਹੈ, ਕਹਿੰਦੇ ਪੁਲਿਸ ਨੇ ਤੁਹਾਡੀ ਕਾਫੀ ਮਦਦ ਕੀਤੀ ਹੈ, ਕਿ ਕੀ ਰੋਲ ਕੀ ਰਿਹਾ ਪੁਲਿਸ ਦਾ? ਪੁਲਿਸ ਦਾ ਰੋਲ ਤਾਂ ਜੀ ਪਹਿਲੀ ਵਾਰ ਦੇਖਿਆ ਜੀ, ਜਿਹੜੇ ਪੁਲਿਸ ਇੱਕ ਪੈਰ 'ਤੇ ਬਿਨਾਂ ਖਾਧੇ ਪਿੱਤੇ ਸਾਡੇ ਨਾਲ ਬਿਲਕੁਲ ਮਤਲਬ ਕੰਧ ਨਾਲ ਕੰਧ ਲਾ ਕੇ ਖੜ੍ਹੇ ਰਹੇ, ਕੋਈ ਟਾਈਮ ਨਹੀਂ, 3-4 ਵਜੇ ਤੱਕ ਪੁਲਿਸ ਪੈਸੇ ਘਰੇ ਵੀ ਰਹੇ ਆ ਸਾਡੇ ਪੂਰੀ ਰਾਤ। ਸੈਕਿੰਡ ਕਾਲ ਕਹਿੰਦੇ ਮਦਰ ਨਾਲ ਗੱਲ ਹੋਈ ਹੈ, ਫਾਦਰ ਨਾਲ ਗੱਲ ਹੋਈ ਹੈ, ਉਹਨਾਂ ਨਾਲ ਵੀ ਗੱਲ ਹੋਈ ਹੈ? ਉਹਨਾਂ ਨਾਲ ਵੀ ਹੀ ਉਹਨਾਂ ਦਾ ਮਤਲਬ ਜਦੋਂ ਉਹਨਾਂ ਨੂੰ ਲੱਗਿਆ ਹੋਊਗਾ ਕਿ ਬ੍ਰਦਰ ਨੇ ਕੋਈ ਰਾਹ ਨਹੀਂ ਪਾ ਰਿਹਾ ਜੀ, ਅਤੇ ਫਿਰ ਫਾਦਰ ਨੂੰ ਕਾਲ ਇਹਨਾਂ ਨੇ ਕੀਤੀ ਹੋਣੀ, ਅਤੇ ਫਿਰ ਕਿਹਾ ਹੋਊਗਾ ਕਿ ਮਤਲਬ ਪੈਸੇ ਦਾ ਇੰਤਜ਼ਾਮ ਕਰੋ ਜਿਵੇਂ ਹੈਗੇ ਆ। ਡਿਪਟੀ ਸਾਹਿਬ ਸਾਰੇ, SP, CT ਸਾਰੇ ਮਤਲਬ ਜਿੰਨੇ ਵੀ ਹੈਗੇ ਆ ਉਹ ਨਾਲ ਹੀ ਸੀਗੇ, ਕਹਿੰਦੇ ਕੋਈ ਗੱਲ ਨਹੀਂ। ਅਸੀਂ ਕਿਹਾ ਪੈਸੇ ਦਾ ਇੰਤਜ਼ਾਮ ਹੁਣ ਮੌਕੇ 'ਤੇ ਅਸੀਂ ਕਿੱਥੋਂ ਲਈਏ, ਸਾਡੇ ਕੋਲ ਤਾਂ ਮਤਲਬ ਹੈ ਨਹੀਂ ਗੇ। ਉਹ ਕਹਿੰਦੇ ਪੈਸੇ ਦੀ ਕੋਈ ਗੱਲ ਨਹੀਂ, ਆਪਾਂ ਦੇਖਦੇ ਹਾਂ, ਆਪਾਂ ਕਰਦੇ ਹਾਂ, ਅਸੀਂ ਤੁਹਾਡੇ ਨਾਲ ਹੈ, ਮਤਲਬ ਜਵਾਕ ਨੂੰ ਕੁਛ ਨਹੀਂ ਹੋਣ ਦੇਵਾਂਗੇ, ਇਹ ਮਤਲਬ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਰਿਆਂ ਨੂੰ। ਸਾਹਿਲ ਦੇ ਮਦਰ ਨਾਲ ਨੇ ਇੱਕ ਮਾਂ 'ਤੇ ਕੀ ਬੀਤੀ ਜਦੋਂ ਪਤਾ ਲੱਗਿਆ ਕਿ ਪੁੱਤ ਨੂੰ ਕਿਡਨੈਪ ਕਰ ਲਿਆ? ਕੀ ਮਨ ਤਿਆਰੀ ਸੀ? ਤਾਂ ਇਹ ਕਹਿੰਦੇ ਸੀ ਪਰਮਾਤਮਾ ਮੇਰਾ ਮੁੰਡਾ ਘਰੇ ਆ ਜੇ ਸਹੀ ਸਲਾਮਤ। ਮੈਨੂੰ ਬਹੁਤ ਦੁੱਖ ਹੋਇਆ, ਮੈਂ ਰਾਤ ਸਾਰੀ ਬਹਿ ਕੇ ਕੱਟੀ ਹੈ, ਮੈਂ ਜਮਾਨੀ ਬਹਿ ਕੇ ਦੇਖਿਆ, ਨਾ ਸਾਡੇ ਘਰੇ ਕਿਸੇ ਨੇ ਰੋਟੀ ਖਾਧੀ, ਨਾ ਕਿਸੇ ਨੇ ਪਾਣੀ ਪੀਤਾ, ਅਸੀਂ ਭੁੱਖੇ ਤੇ ਆਇਆ ਸੀ, ਫਿਰਦੇ ਰਹੇ, ਸਾਨੂੰ ਭੁੱਖ ਨਹੀਂ ਲੱਗੀ, ਅਸੀਂ ਬੇਹੀ ਅਰਦਾਸ ਕਰਦੇ ਰਹੇ, ਬਹਿ ਕੇ ਭਜਨ ਸਿਮਰਨ ਕਰਦੇ ਰਹੇ, ਹੇ ਮਾਲਕ ਮੇਰਾ ਬੇਟਾ ਮੇਰੇ ਕੋਲ ਆ ਜੇ ਘਰੇ। ਯਕੀਨ ਹੋ ਰਿਹਾ ਸੀ ਜਦੋਂ ਪੈਸੇ ਮੰਗ ਰਹੇ ਸੀ ਬਾਰ ਬਾਰ, ਮਨ 'ਚ ਖਿਆਲ ਕੀ ਆ ਰਹੇ ਸੀ, ਕਿਸ ਤਰ੍ਹਾਂ ਦੇ ਨੈਗੇਟਿਵ ਖਿਆਲ ਆ ਰਹੇ ਸੀ? ਆਏ ਆ ਰਹੇ ਸੀ ਕਿਤੇ ਮੁੰਡੇ ਨੂੰ ਮਾਰ ਨਾ ਦੇਣ। ਮੈਨੂੰ ਉਹਨਾਂ ਦਾ ਕੋਲ ਆਇਆ, ਮਾਤਾ ਕਹਿੰਦੇ ਰਾਤ ਨੂੰ ਤੁਸੀਂ ਡਰਾਮਾ ਖੇਲਿਆ, ਤੁਸੀਂ ਬੇਟਾ ਬਚਾਉਣਾ ਕਿ ਕਾਟ ਦੇ ਮਾਂ? ਮੈਂ ਕਹਿੰਦਾ ਕੱਟਣਾ ਨਹੀਂ। ਮੈਂ ਰੋਣ ਲੱਗ ਗਈ, ਮੈਂ ਕਿਹਾ ਮੇਰੇ ਬੇਟੇ ਨੂੰ ਕੁਛ ਨਹੀਂ ਹੋਣਾ ਚਾਹੀਦਾ, ਮੇਰਾ ਬੇਟਾ ਸਹੀ ਸਲਾਮਤ ਘਰੇ ਆਉਣਾ ਚਾਹੀਦਾ, ਅਸੀਂ ਤੁਹਾਨੂੰ ਪੈਸੇ ਦੇ ਦਾਂਗੇ, ਕਿਸੇ ਤੋਂ ਫੜ ਕੇ ਦੇ ਦਾਂਗੇ, ਮੈਂ ਆਪਦਾ ਗੋਲਡ ਦੇ ਦੂੰਗੀ। ਤੁਸੀਂ ਕਾਫੀ ਮਿੰਨਤਾਂ ਤਰਲੇ ਕੀਤੀ ਉਹਨਾਂ ਦੇ ਵੀ ਮੇਰੇ ਬੇਟੇ ਨੂੰ ਬਖਸ਼ ਦਿਓ, ਕੀ ਗੱਲ ਹੋਈ ਤੁਹਾਡੀ ਉਹਨਾਂ ਨਾਲ? ਹਾਂਜੀ, ਮੈਂ ਕਿਹਾ ਮੇਰੇ ਬੇਟੇ ਨੂੰ ਤੁਸੀਂ ਕੁਛ ਨਹੀਂ ਕਹਿਣਾ ਹੈਗਾ, ਮੈਂ ਸੀ ਸੋ ਤੇਰੇ ਸੋਡੇ ਮਗਰ ਤੁਸੀਂ ਵੀ ਮੇਰੇ ਬੇਟੇ ਆਉਂਗੇ, ਤੁਸੀਂ ਮਾਰਨਾ ਨਹੀਂ ਹੈਗਾ, ਕੁਛ ਨਹੀਂ ਕਰਨਾ ਬੇਟੇ ਨੂੰ, ਮੈਂ ਅਰਦਾਸ ਕਰਦੀ ਰਹੀ, ਮੈਂ ਪਾਗਲ ਹੋ ਗਈ ਰੋਂਦੇ ਰੋਂਦੇ। ਇੱਕ ਪਿਓ 'ਤੇ ਕੀ ਬੀਤੀ ਜਦੋਂ ਕਾਲ ਆ ਗਈ ਕਿ ਤੁਹਾਡੇ ਬੇਟੇ ਨੂੰ ਕਿਡਨੈਪ ਕਰ ਲਿਆ? ਇੰਨੇ ਪੈਸੇ ਵੀ ਕਿਸੇ ਕੋਲ ਹਮੇਸ਼ਾ ਨਹੀਂ ਹੁੰਦੇ, ਪੈਸਿਆਂ ਦੀ ਡਿਮਾਂਡ ਕੀਤੀ, ਕੀ ਬੀਤੀ ਪਿਓ 'ਤੇ ਪਹਿਲੀ ਵਾਰ? ਪਿਓ 'ਤੇ ਬਸ ਜੀ, ਇੱਕ ਬੇਟੇ ਨੂੰ ਕਿਡਨੈਪ ਕਰਨਾ ਬਹੁਤ ਬਲਕਿ ਨਹੀਂ ਗੱਲ ਹੋ ਸਕੀ, ਉਹ ਪੈਸਿਆਂ ਦੀ ਡਿਮਾਂਡ ਕਰਦੇ। ਮੈਂ ਇਸ ਤਰ੍ਹਾਂ ਇਹ ਬੇਟਾ, ਮੈਂ ਕਿਹਾ ਪੈਸੇ ਇਹਨੇ ਕਿੱਥੋਂ ਲਈ ਗਏ ਸੀਗੇ? ਪੈਸਿਆਂ ਨੂੰ 2-4 ਲੱਖ ਦੀ ਲੋੜ ਹੈ, ਕਿਤੋਂ ਫੜ ਫੁੜ ਕੇ 2-4 ਲੱਖ ਦੇ ਦਿੰਦੇ ਹੈਗੇ, ਕਰਕੇ ਕਰ ਦਿੰਦੇ ਇੰਤਜ਼ਾਮ। ਫਿਰ ਉਹਨਾਂ ਨੇ ਕਹਿੰਦੇ ਨਹੀਂ ਜੀ ਨਹੀਂ, ਅਸੀਂ ਤਾਂ ਇੰਨੇ ਪੈਸੇ ਲੈਣੇ। ਮੈਂ ਕਿਹਾ ਇੰਨੇ ਪੈਸੇ ਤਾਂ ਹੈ ਨਹੀਂ ਸਾਡੇ ਕੋਲ ਇੰਤਜ਼ਾਮ, ਇੰਨੇ ਪੈਸੇ ਤੁਸੀਂ ਗੱਲ ਕਰੀ ਜਾਣੋ। ਕਹਿੰਦੇ ਕਿੰਨੇ ਕਰੋਗੇ? ਮੈਂ ਕਿਹਾ ਜੀ ਦੇਖਦੇ ਹਾਂ, ਹੁਣ ਕਰੀ ਜਾਣਾ, ਤੁਸੀਂ ਕਹੋ ਇੱਕੋਦਮ ਹੁਣੇ ਪੈਸੇ ਲਿਓ, ਇੱਥੇ ਕੋਈ ਉਹਦੇ ਲੱਗੇ ਨਹੀਂ ਪੈਸੇ ਸਾਡੇ ਕੋਲ, ਪੈਸੇ ਆਉਣਗੇ ਇੱਕੋਦਮ ਕਰਦੇ ਹਾਂ, ਜਿੰਨੇ ਵੱਧ ਹੋ ਸਕੇ ਜਿੰਨਾ ਇੰਤਜ਼ਾਮ ਹੋ ਗਿਆ ਅਸੀਂ ਕਰਕੇ ਤੁਹਾਨੂੰ ਦੱਸਦੇ ਹਾਂ। ਉਸ ਤੋਂ ਬਾਅਦ ਉਹਨਾਂ ਨੇ ਫੋਨ ਬੰਦ ਕਰਤਾ ਜੀ। ਉਸ ਤੋਂ ਬਾਅਦ ਫਿਰ ਰਾਤ ਨੂੰ ਫੋਨ ਆਇਆ, ਉਸ ਤੋਂ ਬਾਅਦ ਫਿਰ ਕਹਿੰਦਾ ਜੀ ਕੀ ਹੋਇਆ ਕੀ ਹੋਇਆ? ਮੈਂ ਜੀ ਆਪਣੇ ਕੋਲ ਤਾਂ ਹੁਣ ਇਸ ਟਾਈਮ 7-8 ਲੱਖ ਰੁਪਈਆ 8 ਲੱਖ ਰੁਪਈਆ ਇਕੱਠਾ ਕੀਤਾ ਪੜ੍ਹ ਪੁੜ ਕੇ, ਇੱਦੋਂ ਬਾਅਦ ਆਪਣੇ ਕੋਲ ਪੈਸੇ ਹੈ ਨਹੀਂ। ਜਿਹੜੀ ਰਾਤ ਨਿਕਲੀ ਪਰਿਵਾਰ 'ਤੇ, ਕਿਵੇਂ ਗੁਜ਼ਰੀ ਰਾਤ? 1 ਅਪ੍ਰੈਲ ਦੀ ਰਾਤ ਹੈ, ਕਿਵੇਂ ਗੁਜ਼ਰੀ ਤੁਹਾਡੀ? ਸਾਰੀ ਰਾਤ ਮਤਲਬ ਸਾਰੀ ਰਾਤ ਪੁਲਿਸ ਵਾਲਿਆਂ ਰਿਪੋਰਟ ਸਾਨੂੰ ਬਹੁਤ ਮਿਲਿਆ, ਉਹਨਾਂ ਨੇ ਰਹੇ ਆ ਪੁਲਿਸ ਵਾਲੇ ਸਾਡੇ ਨਾਲ ਹੀ ਰਹੇ ਆ, ਮੈਂ ਤਾਂ ਬਾਹਰ ਹੀ ਫਿਰਦਾ ਰਿਹਾ ਸਾਰੀ ਰਾਤ, ਆਪ ਨੂੰ 3-4 ਵਜੇ ਬਲਕਿ ਬੜੇ ਆ ਇੱਥੇ ਫਿਰ ਰਹੇ ਹਾਂ।
ਸਾਰੀ ਰਾਤ ਬਾਹਰ ਹੀ ਰਹੇ ਜੀ। ਫਿਰ ਉਹਨਾਂ ਦੀ ਮਤਲਬ ਕਿ ਜਿਹੜੀ ਰਾਤ ਨੂੰ 12:30 ਵਜੇ ਕੌਲ ਆਈ ਹੈ ਰਾਤ ਤੋਂ ਵੀ ਆ, ਉਸ ਤੋਂ ਬਾਅਦ ਇਹਨਾਂ ਦੀ ਕੌਲ ਨਹੀਂ ਆਈ, ਉਸ ਤੋਂ ਬਾਅਦ ਬੰਦ ਕਰਤਾ ਇਹਨਾਂ ਨੇ ਮੋਲ। ਉਦੋਂ ਬਾਅਦ ਅਗਲੇ ਦਿਨ ਸਵੇਰੇ 9:30 ਵਜੇ ਕੌਲ ਆਈ ਜਾਂਦਾ ਸੀ, ਫਿਰ ਕੌਲ ਆਈ ਹੈ ਕਹਿੰਦੇ ਕੀ ਹੋਇਆ ਤੁਸੀਂ ਰਾਤ ਡਰਾਮਾ ਖੇਡ ਕੇ, ਇਹ ਕਰਕੇ ਵੋ ਕਰਕੇ। ਮੈਂ ਕਿਹਾ ਅਸੀਂ ਡਰਾਮਾ ਕਿਸ ਚੀਜ਼ ਦਾ ਖੇਡ ਗਏ। ਤੁਹਾਨੂੰ ਵੀ ਡਰ ਲੱਗਦਾ ਕਈ ਵਾਰੀ, ਬੇਸ਼ੱਕ ਬੇਟਾ ਸੁਰੱਖਿਅਤ ਤੁਹਾਡੇ ਕੋਲ ਹੈ, ਮਨ 'ਚ ਖਿਆਲ ਆਉਂਦਾ, ਨੈਗਟਿਵ ਸਵਾਲ ਆਉਂਦੇ ਕਈ ਵਾਰੀ? ਆਉਂਦੇ ਆ ਜੀ, ਹੁਣ ਵੀ ਆਉਂਦੇ ਆ, ਕੱਲ੍ਹ ਨੂੰ ਹੁਣ ਡਰ ਤਾਂ ਹੁੰਦਾ ਹੀ, ਹਰੇਕ ਨੂੰ ਹੀ ਹੁੰਦਾ ਵੀ ਇਹ ਇੱਕ ਹੋ ਗਿਆ ਵੀ ਕੱਲ੍ਹ ਨੂੰ ਫਿਰ ਨਾ ਕੋਈ ਹੋਇਆ ਜਾਵੇ। ਇਹ ਜੇ ਬੰਦਿਆਂ ਨੂੰ ਤਾਂ ਮਤਲਬ ਕਿ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜੀ, ਇਹ ਜੇ ਬੰਦਿਆਂ ਨੂੰ ਮਤਲਬ ਕਿ ਪੂਰਾ ਉਹ ਕਰਨਾ ਚਾਹੀਦਾ। ਸਾਹਿਬ ਬੇਸ਼ੱਕ ਤੁਸੀਂ ਘਰੇ ਬੈਠੇ ਹੋ, ਮਨ ਡਰਿਆ ਕਿੰਨਾ ਯਾਰ, ਕੀ ਲੱਗ ਰਿਹਾ? ਤੁਹਾਡੇ ਫੇਸ ਤੋਂ ਵੀ ਹਜੇ ਵੀ ਉਦਾਸੀ ਲੱਗ ਰਹੀ ਹੈ। ਸਰ ਮੈਂ ਤਾਂ ਘਰੋਂ ਨਿਕਲਣ ਦੀ ਹਜੇ ਕਰ ਹੀ ਨਹੀਂ ਸਕਦਾ ਜੀ, ਮੈਂ ਘਰੋਂ ਪਹਿਲਾਂ ਚਲਾ ਜਾਊਂਗਾ। ਮੇਰੀ ਹਿੰਮਤ ਹੀ ਹੈ ਨਹੀਂ ਜੀ ਕਿ ਮੈਂ ਘਰੋਂ ਗੱਲਾਂ ਮੋੜ ਤੱਕ ਵੀ ਚਲਾ ਜਾਵਾਂ, ਮੇਰੀ ਹਿੰਮਤ ਹੈ ਨਹੀਂ ਜੀ। ਮੇਰੇ ਜਿੱਦਾਂ ਨਰਵਸਨੈਸ ਨਹੀਂ ਹੋ ਗਈ ਜੀ ਕਿ ਮੈਨੂੰ ਤਾਂ ਬਾਹਰ ਪੈਰ ਲੱਗਦੇ ਨਹੀਂ ਲੱਗਦਾ ਕਿ ਮੈਨੂੰ ਚੱਕ ਕੇ ਨਾ ਲਿਆ ਜਾਵੇ। ਅੱਛਾ, ਕੋਈ ਲਿੰਕ 'ਚ ਆਏ ਸੀ ਕਦੇ ਪਹਿਲਾਂ? ਇਹ ਕੋਈ ਲੇਡੀਜ਼ ਸੀ, ਕੀ ਰੋਲ ਕੀ ਰਿਹਾ ਇਹਨਾਂ ਦਾ, ਕਿਵੇਂ ਟਰੈਪ ਕਿਵੇਂ ਲਾਇਆ? ਸਰ ਲਿੰਕ ਲੁੰਕ 'ਚ ਕੋਈ ਨਹੀਂ ਸੀ ਬੰਦੇ ਆਪਣੇ, ਨਾ ਬੰਦੇ ਆਪਾਂ ਨੂੰ ਜਾਣਦੇ ਸੀਗੇ ਜੀ, ਨਾ ਆਪਣੀ ਕੋਈ ਕਿਸੇ ਨਾਲ ਦੁਸ਼ਮਣੀ ਹੈ ਜੀ, ਨਾ ਪਹਿਲਾਂ ਕੋਈ ਲੈਣ ਦੇਣਾ ਕਿਸੇ ਨਾਲ। ਉਹ ਲੇਡੀਜ਼ ਆ, ਉਹਦਾ ਕੀ ਰੋਲ ਆ ਗਿਆ? ਕਿਉਂਕਿ ਉਹ ਲੇਡੀਜ਼ ਆ ਕਹਿ ਰਹੇ, ਉਹਦੀ ਕੋਈ ਫਰੈਂਡ ਸਰਕਲ 'ਚੋਂ ਨਾਲ ਵਾਲੇ ਮੁੰਡੇ ਦੇ ਰਹਿ ਰਹੀ ਸੀ, ਤੁਹਾਡਾ ਕੋਈ ਲਿੰਕ ਸੀ ਉਸ ਤਰ੍ਹਾਂ ਦਾ? ਸਰ ਮੇਰਾ ਨਾ ਉਹਨਾਂ ਨਾਲ ਪਹਿਲਾਂ ਲਿੰਕ ਸੀਗਾ ਜੀ, ਮੇਰਾ ਕੋਈ ਪਹਿਲਾਂ ਨਾ ਪੈਸੇ ਦਾ ਲੈਣ ਦੇਣ ਚੱਲਦਾ ਸੀ, ਉਧਾਰ ਲੈ ਜਾਂਦੀ ਸੀ। ਫਾਈਨਾਂਸ ਵਗੈਰਾ ਕੀਤਾ ਉਹਨਾਂ? ਫਾਈਨਾਂਸ ਨਹੀਂ ਕੀਤਾ, ਉਧਾਰ ਲੈ ਲੈਂਦੀ ਸੀ ਵੈਸੇ ਜੀ, ਅਤੇ ਉਹ ਵੈਸੇ ਮੋੜ ਦਿੰਦੀ ਸੀ ਉਹੀ ਲੇਡੀਜ਼। ਹਾਂਜੀ, ਅਤੇ ਉਹਨਾਂ ਨੇ ਕੋਈ ਕੰਮ ਕਰਾ ਦਾ ਵਿੱਚ ਹੁਣ ਨਾਮ ਆਇਆ ਜੀ, ਹੁਣ ਸਾਨੂੰ ਪਤਾ ਲੱਗਿਆ ਪੁਲਿਸ ਨੇ ਦੱਸਿਆ ਕਿ ਤੁਹਾਡੇ ਨਾਲ ਉਹ ਲੇਡੀਜ਼ ਵਿੱਚ ਇੰਕਲੂਡ ਹੈ। ਮੇਰਾ ਸੁਣ ਕੇ ਜੀ ਸ਼ੌਕ ਹੀ ਹੋ ਗਿਆ ਜੀ ਕਿ ਐਂ ਵੀ ਹੋ ਸਕਦਾ, ਵਿਸ਼ਵਾਸ ਨਹੀਂ। ਪਹਿਚਾਣਦੇ ਦੂਜੇ ਬੰਦਿਆਂ ਨੂੰ ਜਿਹੜੇ? ਟੋਟਲ 4 ਬੰਦੇ ਐਫ ਆਈ ਆਰ ਦਰਜ ਹੋਈ ਹੈ, ਕੌਣ ਕੌਣ ਨੇ ਨਾਮ ਦੱਸਿਆ ਉਹਨਾਂ ਪੁਲਿਸ ਨੇ? ਸਰ ਇੱਕ ਤਾਂ ਕੋਈ ਮਨਿੰਦਰ ਕਹਿੰਦੇ ਸੀਗੇ ਜੀ, ਇੱਕ ਕੋਈ ਲਵਪ੍ਰੀਤ ਕਹਿੰਦੇ ਸੀ, ਇੱਕ ਉਹਦਾ ਮਨਿੰਦਰ ਦਾ ਕਹਿੰਦੇ ਛੋਟਾ ਬ੍ਰਦਰ ਹੈ ਜੀ, ਉਹਨਾਂ ਮੈਨੂੰ ਨਾਮ ਨਹੀਂ ਪਤਾ ਕੀ ਹੈ ਜੀ, ਉਹ ਮੈਨੂੰ ਅੱਜ ਦੱਸਿਆ, ਅੱਜ ਦੱਸਿਆ ਸੀ ਉਹਨਾਂ ਨੇ ਕਿ ਆਹ ਬੰਦੇ ਸੀ ਚੱਕੇ ਜੀ। ਅਤੇ ਬਾਕੀ ਹਜੇ ਮੇਰੇ ਅੰਦਰ ਹੀ ਡਰ ਅਤੇ ਨਰਵਸਨੈਸ ਬਹੁਤ ਆ ਜੀ, ਮੈਨੂੰ ਕੁਛ ਵੀ ਬਾਹਰ ਜਾਣ ਲੱਗੀ ਵੀ ਡਰ ਲੱਗ ਰਿਹਾ ਕਿ ਮੈਂ ਬਾਹਰ ਵੀ ਪੈਰ ਰੱਖਾਂ, ਮੈਨੂੰ ਕੁਛ ਕਰਨਾ ਦੇਣ। ਮੈਂਟਲੀ ਹਰਾਸ਼ ਕਿੰਨਾ ਕੀਤਾ ਸਾਹਿਬ? ਜਿਵੇਂ ਪਹਿਲਾਂ ਵੀ ਕਿਹਾ ਤਾਂ ਆਪ ਤੁਹਾਡੇ ਨਾਲ ਗੱਲ ਹੋਈ ਹੈ, ਅੱਜ ਵੀ ਰਾਤ ਨੂੰ ਨੀਂਦ ਆਉਂਦੀ ਹੈ, ਕੀ ਖਿਆਲ ਕੀ ਹੁੰਦੇ? ਸਰ ਐਂ ਰਾਤ ਨੂੰ ਵੀ ਐਂ ਲਾ ਲਓ ਜੀ 1-2 ਵਜੇ ਜਾਂਦੇ ਜੀ, ਕਿ ਬਸ ਐਂ ਸੋਚੀ ਜਾਂਦੇ ਕਿ ਆਹ ਉਦਣ ਕੀ ਹੋਇਆ ਸੀ, ਹਜੇ ਤੱਕ ਵੀ ਦਿਮਾਗ 'ਚ ਉਹੀ ਜਿਹੜਾ ਹੋਇਆ ਸੀ ਮੇਰੇ ਨਾਲ ਬੀਤੀ ਆਈ, ਹਜੇ ਦਿਮਾਗ 'ਚ ਬੈਠਾ ਜੀ ਕਿ ਮੇਰੇ ਨਾਲ ਕੀ ਹੋ ਗਿਆ ਜੀ। ਮੈਨੂੰ ਹਜੇ ਵੀ ਤੁਰਿਆ ਫਿਰਦਾ, ਹਜੇ ਮੈਨੂੰ ਹੋਸ਼ ਨਹੀਂ ਹੈਗਾ ਜੀ ਕਿ ਮੈਂ ਕਿੱਥੇ ਤੁਰਿਆ ਫਿਰਦਾ, ਬਸ ਬੈਠਾ ਜੀ। ਬਿਲਕੁਲ ਸਾਹਿਲ ਹੈ ਜਿਹੜਾ ਕਿ ਉਹਨਾਂ ਦੇ ਚੁੰਗਲ 'ਚੋਂ ਛੁੱਟ ਕੇ ਬਾਹਰ ਆਇਆ, ਕਿਤੇ ਨਾ ਕਿਤੇ ਹਤਾਸ਼ ਜ਼ਰੂਰ ਹੈ, ਪਰਿਵਾਰ ਆ ਉਹ ਵੀ ਭਾਵੁਕ ਹੈ, ਕਹਿ ਰਿਹਾ ਕਿ ਸੁਰੱਖਿਆ ਹੈ ਜਿਹੜੀ ਉਹ ਯਕੀਨੀ ਬਣਾਈ ਜਾਵੇ, ਹਾਲਾਂਕਿ ਸਹੀ ਸਲਾਮਤ ਘਰ ਦੇ ਵਿੱਚ ਹੈ, ਪਰ ਉਹ ਚੀਜ਼ ਨੂੰ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦਾ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।